यार वैसे ऐसी इस महल च बहुत ही भैन बिस्त हो रहे हैं। ओए ए ओ हो ओ वाह जी वाह, पढ़ के आई है। हां ते किताबा फड़िया है इन्होंने। हां हराम है जे विचो एक लफ्ज भी आंदा होवे इन्हां नु। ए भैया सर तस्वीरें देखी जंदी है। और कोई काम नहीं लेकिन नाराज है। अच्छा मना यार मिंट लाउंदी मनन लगे मेरे लिए मिंट लाउंदी है। हाँ जेडी तेरी है तो फिर सेकंड ही लाउंदी होई। शर्म हया कर, बहू है तेरी ते परली भाभी मां है तेरी। लंत पे इस काम च पे ही कुछ नहीं ना तेरी बहू ना मेरी भाभी मां। विंगर आमा सलारिको वो पता नहीं नाराज ने साडे कोलो। अच्छा नाराज हुंदी और निक्की हो जांदी है करके ना दूरों वेखो लगदा 15 रुपए दा किश्ती के के किचन बन गया सिर लैदा पाटे जान। देखो प्लीज मान जाना मना लिया ना। कोई नहीं नहीं मना अपना छोटे। हाँ जी पुत्र दो मिनट देगा। क्यों मतलब आटे की बोरी छा बड़े। हाँ जी दो मिनट वेला। हाँ जी ਜਰਾ ਦੋ ਇੱਟਾਂ ਲੈ ਤੇਰੀ ਭਾਬੀ ਦੇ ਥੱਲੇ ਰੱਖ ਲਈਆਂ ਨੇ ਤੂੰ ਉਹਦੀ ਚੱਪਲ ਪਾ ਲੈ। ਜਾਨੂ ਜੀ ਜਾਨੂ ਜਾਨੂ ਤੁਹਾਡੀ ਮੇਰੀ ਸ਼ਾਦੀ ਹੋਏਗੀ ਤੇ ਮੈਨੂੰ ਕਿੱਥੇ ਰੱਖੋਗੇ? ਜਿਵੇਂ ਤੈਨੂੰ ਨਹੀਂ ਪਤਾ ਐ ਸਾਹਮਣੇ ਘਰ ਇੱਥੇ ਹੀ ਰੱਖਣਾ ਹੋਰ ਤੈਨੂੰ ਮੈਂ ਕਿੱਥੇ ਰੱਖਣਾ? ਜਾਨੂ ਤੁਸੀਂ ਮੈਨੂੰ ਕਿੱਥੇ ਰੱਖੋਗੇ? ਉਹ ਜਿੱਥੇ ਮੇਰਾ ਛੋਟਾ ਭਰਾ ਰੱਖੇਗਾ। शर्म हया कर, मेरी जगह तेरे रख, तू अपना रख मैं अपना रखांगा। दोवे भरा है तू किसी होर जगह रखना है। एक कमरे अंदर असि दोवे सिर जो असि दोवे कमरे च रहांगे। जानू जी मजा आ रहा है जान बस शादी कर ली फटाफट। नहीं हले तुसी काम करो। आप शादी तो बहुत काम ही करना वेले बैठे से सानू बगैर तो ना समझो ਤੁਸੀਂ ਕਮਾ ਕੇ ਲੈਣਾ ਸੀ ਤੁਹਾਡੇ ਲਈ ਆਂਡੀ ਰੋਟੀ ਕਰਾਂਗੇ। ਸੱਚੀ ਜਾਨੂ ਐ ਤੂੰ ਕਹਿ ਰਿਹਾ ਮੈਨੂੰ ਬੜੀ ਜਾਨੂ ਸੀ ਸਵਾਗਰਾਤ ਕਿੱਥੇ ਮਨਾਵਾਂਗੇ? ਕੀ ਕਰੇ ਸਵਾਗਰਾਤ ਕਿੱਥੇ ਮਨਾਵਾਂਗੇ? ਜਿਸ ਤਰ੍ਹਾਂ ਦਸੀ ਹੈ ਨਾ ਕਜ਼ਾਬੀ ਸਟੇਡੀਅਮ ਸੰਗਣ ਖੁੱਲੇ ਟੁੱਲੀ ਜਗ੍ਹਾ ਚਾਹੀਦੀ ਹੈ। ਆ ਸਹੀ ਹੈ ਨਾ ਉੱਥੇ ਰਾਸੀ ਵਾਵਾ ਹੋਏਗਾ ਜਿੱਥੇ ਚੌਕਾ ਵਜੇਗਾ ਕਲੈਪ ਤੇ ਹੋਏਗੀ ਨਾ। ਤੇ ਜਾਨੂ ਅਸੀਂ ਕਿੱਥੇ ਮਨਾਵਾਂਗੇ ਹਨੀਮੂਨ? ਅਸੀਂ ਉੱਥੇ ਜਿੱਥੇ ਮੈਂ ਦਾੜੀ ਬਣਾਉਣਾ ਸਵੇਰੇ ਉੱਥੇ ਜਗ੍ਹਾ ਕੱਟੇਗੀ ਹੋਰ ਕਿਸੇ ਜਗ੍ਹਾ ਤੇ ਲੈ ਜਾ। ਤੇ ਜਾਨੂ ਦਾ ਮਤਲਬ ਅਸੀਂ ਵੇੜੇ ਚ ਸੋਵਾਂਗੇ? ਐਵੇਂ ਵੇੜੇ ਸੋਵਾਂਗੇ ਚਵਲ ਉਤੋਂ ਚਾਤੀਆਂ ਮਾਰੇਗਾ। ਅਸੀਂ ਕਨਾਤ ਲਾ ਲਾਂਗੇ ਲੋਕੀ ਸਮਝਣਗੇ ਰੁੱਤਾ ਦੇ ਆ ਰਹੇ ਨੇ। ਹਾਂਜੀ ਅਸੀਂ ਛੱਤ ਤੇ ਰਵਾਂਗੇ। ਆ ਛੱਤ ਮੈਂ ਤਰ ਕਿਹਾ ਨਾ ਸਾਨੂੰ ਉਹ ਵੇਖਣ ਜੋ ਵੇਖਣਾ ਵੇਖੇ ਕੰਮ ਸਿੱਖਣ। ਜਾਨੂ ਪਰਫਿਊਮ ਕਿਹੜਾ ਲਾਇਆ ਏ? ਜਾਨੂ ਗੂਚੀ। ਗੂਚੀ? ਹਾਂ ਅੱਛਾ ਅੱਛਾ ਇਹ ਮੂਲੀ ਚਾਰਲੀ ਵੀ ਗੂਚੀ ਵਰਗਾ ਜਾਨੂ ਤੁਸੀਂ ਕਿਹੜਾ ਲਾਇਆ ਏ? ਹਾਂਜੀ ਤੁਸੀਂ ਕਿਹੜਾ ਲਾਇਆ? ਉਹਨੇ ਗੁੱਚੀ ਦਾ ਲਾਇਆ, ਮੈਂ ਗੁੱਚੀ ਮੁੱਚੀ ਦਾ ਲਾਇਆ। ਇਹ ਕੀ ਹੈ? ਉਹ ਭਾਜੀ ਅਸੀਂ ਇੱਥੇ ਖਲੋਤੇ ਸੀ ਨਾ ਦੋਵੇਂ ਭਰਾ, ਇਹ ਦੋਵੇਂ ਭੈਣਾਂ ਸਾਨੂੰ ਆ ਕੇ ਕਹਿ ਰਹੀਆਂ ਸੀ ਉਹ ਲਾਲ ਦੁਪੱਟੇ ਵਾਲੀ ਤੇਰਾ ਨਾਮ ਦੇਖਦਾ ਆ ਬਾਬਾ ਐਨੀ ਲੋੜਨੀ ਮੇਰੇ ਤੇ ਨਾ ਇੰਜ ਹੋਈ ਸੀ ਪੂਰਾ ਇੰਜ ਤੇ ਅੰਨੀ ਦੇ ਤੂੰ ਹੀ ਲੇਟ ਆ ਜਾਂਦਾ
ਕਹਿ ਰਹੀ ਕਿ ਤੁਹਾਡਾ ਪਿਓ ਲੇਟ ਆਵੇ। ਛੋਟੇ ਛੋਟੇ ਹਾਂਜੀ, ਸਾਡੀ ਸਿਸਟਰ ਦਾ ਵਿਆਹ ਨਹੀਂ ਹੋ ਰਿਹਾ, ਤੂੰ ਡਾਲੇ ਖੁੱਲ੍ਹ ਜਾ ਰਿਹਾ। ਵੱਡੇ ਭਾਈ ਡਾਕਟਰ ਡਾਕਟਰ ਸ਼ਹਿਯਾਰ, ਹਾਂ ਡਾਕਟਰ ਦਾਨਿਆਲ, ਮੈਂ ਹੈਰਾਨ ਹੂੰ ਇਸ ਬਾਤ ਪੇ ਕਿ ਉਸ ਮਰੀਜ਼ ਕਾ ਹਮਨੇ ਦਿਲ ਨਿਕਾਲ ਕਰ ਟੇਬਲ ਪੇ ਰੱਖਾ ਹੈ, ਵੋ ਫਿਰ ਵੀ ਸਿਗਰਟ ਕੇ ਕਸ਼ ਲਗਾ ਰਹਾ ਥਾ। ਮੈਂ ਤਾਂ ਉਸ ਮਰੀਜ਼ ਤੋਂ ਹੈਰਾਨ ਹੋ ਗਿਆ। ਕਿਆ ਕਿ ਮੈਂ ਤਾਂ 150 ਵੀ ਕੱਢ ਲਿਆ ਸੀ, ਫਿਰ ਕਸ਼ ਲਾਈ ਜਾ ਰਿਹਾ ਸੀ। ਯਾਨੀ ਕਿ ਉਹ 150 ਦੇ ਕੰਮ ਚ ਹੀ ਲੱਗ ਗਿਆ। ਹੈਲੋ ਡਾਕਟਰ ਜੀ, ਜੀ ਡਾਕਟਰ ਡਾਕਟਰ ਦਾਨਿਆਲ, MBBS LEX 9568 ਜੀ, ਇਹ ਪਿਛਲੇ ਸਾਲ ਦੀ ਗੱਡੀ ਸਾਡੀ ਗੁਆਚੀ ਜੀ। ਓਏ ਰਾਮਨਾ ਹਜ਼ਰ ਨਾ ਬਾਸ ਹੋਏ, ਹੈ ਵੇਖਿਆ ਜਿਹਨੂੰ ਟੈਨਸ਼ਨ ਹੀ ਬੋਲੇ ਆ। ਇਨਕੀ ਨਬਜ਼ ਮਿਲ ਨਹੀਂ ਰਹੀ, ਕਹੀਂ ਔਰ ਜਾਣਾ ਪੜੇਗਾ। ਨਹੀਂ ਨਹੀਂ ਮਿਲ ਗਈ। ਅੱਛਾ ਜੀ, ਹਾਂ ਨਵਜ਼ ਕੇ ਹਾਲਾਤ ਸੇ ਲਗਤਾ ਹੈ ਯੇ 2.5-3 ਲੱਖ ਹਮਾਰਾ ਵੀ ਖਾ ਜਾਏਗੀ। ਵੋ ਕਹਦੀ ਇਹਦੀ ਨਵਜ਼ ਕਹਿ ਰਹੀ ਹੈ 2.5-3 ਦਿਨ। ਵੋ ਬਤਾ ਰਹੀ ਹੈ ਕਿ 2.5-3 ਵਜੇ ਮੁਝੇ ਤਬੀਅਤ ਖਰਾਬ ਹੋਣਾ ਸ਼ੁਰੂ ਹੋਤੀ ਹੈ। ਕੀ ਮਸਲਾ ਕਿਆ ਹੈ? ਆਪਕੋ ਪ੍ਰੋਬਲਮ ਕਿਆ ਹੈ? ਆਪਕੀ ਵੋ ਆਈ ਵਰਕ ਹੈ ਠੀਕ ਹੈ? ਐਕਚੁਅਲੀ ਮੇਰਾ ਜੋ ਦਿਲ ਹੈ ਨਾ, ਹਾਂਜੀ ਜੀ, ਉਹ ਉੱਤੇ ਥੱਲੇ ਹੁੰਦਾ ਹੈ। ਵੈਸੇ ਇੰਨਾ ਤੇ ਹੁੰਦਾ ਨਹੀਂ, ਜਿਹੜਾ ਤੁਹਾਡਾ ਦੇਖ ਰਿਹਾ ਜ਼ਿਆਦਾ ਹੋ ਰਿਹਾ। ਹਾਂਜੀ ਹਾਂ। ਦਿਲ ਕੀ ਟਾਈਮਿੰਗ ਕੀ ਕੀਤੀ? ਇਹ 2:30-12:00-12:30 ਦੇ ਦਰਮਿਆਨ। ਓਏ ਹੋਏ ਹੋਏ, ਇਹ ਟਾਈਮ ਦਿਲ ਉੱਤੇ ਥੱਲੇ ਹੁੰਦਾ ਹੈ। ਮੇਰਾ ਤੇ ਆਪਣਾ ਉੱਤੇ ਥੱਲੇ ਕੀ, ਸੱਜੇ ਖੱਬੇ ਵੀ ਹੋ ਜਾਂਦਾ। ਇਹਦੇ ਤਾਂ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈਗੀ। ਅੱਛਾ ਹਾਂ, ਦਿਲ ਦੇ ਮਰੀਜ਼ ਸੀ ਬੜੇ ਵੇਖੇ ਨੇ, ਲੇਕਿਨ ਇਹ ਕੋਈ ਪੁਰਾਣੀ ਮਰਜ਼ ਹੋ ਗਈ ਹੈ, ਇਹ ਠੀਕ ਹੋ ਜਾਏਗੀ। ਤੇ ਹੋਰ ਪ੍ਰੋਬਲਮ? ਹੋਰ ਪ੍ਰੋਬਲਮ ਹੈਗੀ ਹੈ ਕਿ ਨਾ ਜਦੋਂ ਮੈਂ ਨਾ ਰਾਤ ਨੂੰ ਉੱਠਨੀ ਹੈ ਨਾ, ਤਾਂ ਮੈਨੂੰ ਨਾ ਚੱਕਰ ਆਉਂਦੇ ਨੇ, ਤੇ ਮੈਂ ਸੌਰੀ ਨੋ ਨੋ ਕੈਰੀ ਔਨ ਚੱਕਰ। ਏ ਵੈਲਕਮ, ਮੈਂ ਚਾਹ ਰਿਹਾ ਕਿ ਚੱਕਰਾਂ ਦੀ ਗਹਿਰਾਈ ਤੱਕ ਜਾਵਾਂ। ਜਦੋਂ ਚੱਕਰ ਆਵੇ ਤੁਹਾਨੂੰ, ਤੇ ਕੋਸ਼ਿਸ਼ ਕਰਨੀ ਹੈ ਸਟੇ ਕਰਨਾ। ਇਹ ਚੱਕਰ ਇਸ ਤਰ੍ਹਾਂ ਦੇ ਮੈਡਮ ਜੀ, ਚੱਕਰ ਇਹ ਬੈਡ ਤੁਹਾਡਾ ਕਿਹੜਾ ਹੈ? ਬੈਡ ਕਿੰਗ ਸਾਈਜ਼। ਡਬਲ ਬੈਡ ਹੈ? ਡਬਲ ਬੈਡ। ਤੇ ਇਹ ਮੈਡਮ ਕਦੀ ਇਸ ਤਰ੍ਹਾਂ ਵੀ ਹੁੰਦਾ ਹੈਗਾ ਕਿ ਇਹ ਚੱਕਰ ਇਧਰ ਨੂੰ ਵੀ ਆਉਂਦਾ ਹੋਏਗਾ? ਹਾਂ, ਇੰਜ ਜਦੋਂ ਸ਼ੁਰੂ ਹੁੰਦਾ ਹੈ ਨਾ, ਤੇ ਜਦੋਂ ਮੈਂ ਇੰਜ ਕਰਕੇ ਪੈਰ ਰੱਖਣ ਲੱਗਣੀ ਆ ਨਾ, ਤੇ ਖੈਰ ਖੈਰ ਮੈਨੂੰ ਤਕੀਆ ਹੀ ਸਮਝੋ ਤੁਸੀਂ, ਤੁਹਾਡਾ ਕਸੂਰ ਨਹੀਂ ਹੈਗਾ ਜੀ, ਤੁਹਾਡਾ ਬੈਡ ਹੀ ਹੈ ਜੀ। ਹਾਂ, ਉਹਦੇ ਥਲੇ ਇੱਟਾਂ ਰੱਖੀਆਂ। ਹਾਂ ਡਾਕਟਰ ਦਾਨਿਆਲ, ਹਾਂ ਜੀ, ਇਧਰ ਆਓ। ਸਾਰੀਆਂ ਗੱਲਾਂ ਉਹਦੇ ਨਾਲ ਕਰਨ ਦੇ, ਮਾਂ ਨਾ ਕਰ ਲੋ ਥੱਥੀ ਆ। ਨਹੀਂ ਨਹੀਂ ਨਹੀਂ, ਉਹ ਤਾਂ ਫੋਟ ਹੋ ਗਈ ਹੈ ਜੀ ਮੈਮ। ਅਗਰ ਆਪ ਬੈਡ ਸੇ ਆਉਂਦੇ ਹੋਏ ਚੱਕਰ ਇਹ ਵਾਲੀ ਟਟਾਂਗ ਜੀ ਜੀ ਅਗਰ ਐਸੇ ਰੱਖੇ ਤੋ ਕਿਸ ਸਾਈਡ ਕੋ ਚੱਕਰ ਆਤਾ? ਜੀ ਜੀ, ਜਬ ਮੈਂ ਐਸੀ ਉੱਠਦੀ ਹੂੰ ਔਰ ਮੈਂ ਐਸੇ ਪਾਉਂ ਰੱਖਨੇ ਲੱਗਦੀ ਹੂੰ ਤੋ ਮੁਝੇ ਯੂੰ ਚੱਕਰ ਆਤੇ ਹੈ। ਮੈਡਮ ਤੁਹਾਡਾ ਬੈਡ ਹੀ ਬਗੈਰ ਤੇ ਮੈਂ ਇੱਧਰ ਨੂੰ ਆਉਂਦਾ ਉੱਧਰ ਨੂੰ ਨਹੀਂ ਆਉਂਦਾ, ਮੈਂ ਇਸ ਕੰਜਰ ਨੂੰ ਕਿਸੇ ਵੱਡੇ ਨੇ ਕਿਸੇ ਤਮੀਜ਼ ਨਹੀਂ ਆਈ। ਚੁੱਪ ਆਪਣੀ ਚੱਕਰ ਤੇ ਲੈ ਲੈ ਤੂੰ, ਇੱਧਰ ਆ ਜਾ ਤੁਸੀਂ। ਮੈਂ ਫੇਰ ਮੈਂ ਕਿ ਫੇਰ ਜਾ ਅੰਨੀ ਦਿਆ ਖੱਬੇ ਚ ਗੋਡੇ ਦਰਦ ਅਕਸਰ ਹੋ ਜਾਂਦੀ ਹੁੰਦੀ।
ਗੋਡੇ 'ਚ ਅਕਸਰ ਦਰਦ ਹੁੰਦੀ ਹੈ। ਹਾਂਜੀ, ਉਸਕੇ ਲਈ ਕੀ ਕਰਨਾ ਚਾਹੀਏ? ਤੁਸੀਂ ਦਵਾਈ ਸ਼ੁਕਰ ਸਾਡੇ ਕੋਲ ਲੈ ਰਹੇ ਹੋ, ਉਹਨਾਂ ਕੋਲ ਤੇ ਇਲਾਜ ਨਹੀਂ ਹੈਗਾ। ਹਾਂਜੀ, ਉਹਦੇ ਤੇ ਰਾਤ 1:30 ਵਜੇ ਆਪਣੀ ਨਾਲ ਚੱਲ ਜਾਂਦੀ। ਅੱਲਾਹ ਖੈਰ ਕਰੇ। ਜੀ ਔਰ ਕੋਈ ਦਰਦ? ਜੀ ਮੇਨ ਜੋ ਦਰਦ ਹੈ ਨਾ, ਜੀ ਕਮਰ ਦੇ ਵਿੱਚ ਕਰਕੇ। ਅਸਲ ਤੇ ਮੈਡਮ ਉਹ ਮਾਲਿਸ਼, ਜ਼ੈਤੂਨ ਦੇ ਤੇਲ ਦੀ ਮਾਲਿਸ਼। ਆਹਾ, ਜੀ ਐਂ ਕਰਕੇ ਜ਼ੈਤੂਨ ਦਾ ਤੇਲ ਪਾ ਕੇ ਐਂ ਕਰਕੇ ਇਹ ਐਂ ਆ ਇੱਧਰ ਆ ਜਾਓ। ਇਹ ਸਾਡੇ ਸ਼ਰੀਕ ਨੇ, ਇਹਨਾਂ ਨੇ ਸਾਡੀ ਖਿਦਮਤ ਕਰਨੀ ਹੈ। ਅਕੀਨ ਸਾਹਿਬ ਦੇਖੇ ਪਾਸ ਸਾਡਾ ਮਰੀਜ਼ ਹੈ। ਸਿਰ ਵੇਖ ਦਿੱਤਾ ਜੀ। ਸ਼ਾਬਾਸ਼ ਇਨਸਾਨ ਨੂੰ, ਇਨਸਾਨ ਨੂੰ ਐਸੇ ਹੀ ਹੋਣਾ ਚਾਹੀਦਾ। ਥੈਂਕ ਯੂ। ਇਹ ਜਿਹੜਾ ਤੁਹਾਨੂੰ ਭੈਣ ਸਮਝਦਾ ਜੀ।